ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੀ ਧਰਤੀ ਤੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਜਪਜੀ ਸਾਹਿਬ ਦੀ ਬਾਣੀ, ਜਿਸ ਦੀ 21 ਨੰਬਰ ਪੌੜੀ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਪੌੜੀ ਦੀ ਆਰੰਭਤਾ ਤੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਮੇਸ਼ਰ ਦੇ ਪਸਾਰੇ ਨਿਰੰਕਾਰ ਦੇ ਬਣਾਏ ਇਸ ਬ੍ਰਹਿਮੰਡ ਦੀ ਬਾਤ ਕਰਦਿਆਂ, ਮਹਾਰਾਜ ਜਿੱਥੇ ਕਹਿੰਦੇ ਆ ਕਿ ਯੋਗੀਆਂ ਨੇ, ਵੱਡੇ ਵੱਡੇ ਵਿਦਵਾਨਾਂ ਨੇ, ਚਾਹੇ ਉਹ ਪੰਡਿਤ ਹੈ, ਯੋਗੀ ਹੈ, ਵੇਦਾਂ ਪੁਰਾਣਾਂ ਸਭ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਸ ਸ੍ਰਿਸ਼ਟੀ ਦੇ ਇਸ ਅਕਾਲ ਪੁਰਖ ਦੇ ਬਣਾਏ ਪਸਾਰੇ ਦੀ ਬਾਤ ਕੀਤੀ ਹੈ, ਲੇਕਿਨ ਉਹਦਾ ਅੰਤ ਜਿਹੜਾ ਉਹ ਕੋਈ ਨਹੀਂ ਪਾ ਸਕਿਆ। ਹੁਣ ਮਹਾਰਾਜ ਅਖੀਰ 'ਤੇ ਕਹਿੰਦੇ ਆ, ਕਿਵ ਕਰ ਆਖਾਂ, ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਾਂ। ਕਿਵ ਕਰ ਆਖਾਂ ਕਿਵ ਸਲਾਹੀ, ਕਿਵੇਂ ਸਲਾਹਾਂ ਉਸ ਨੂੰ, ਕਿਉਂ ਵਰਨੀ ਕਿਵ ਜਾਣਾ, ਔਰ ਉਸ ਮਾਲਕ ਦਾ ਕਿਸ ਤਰ੍ਹਾਂ ਵਰਣਨ ਕਰਾਂ। ਇਸ ਬਾਤ ਨੂੰ ਕਹਿੰਦੇ ਮੈਂ ਨਹੀਂ ਜਾਣ ਸਕਦਾ, ਕਿਸ ਤਰ੍ਹਾਂ ਉਹਨੂੰ ਸਮਝ ਸਕਾਂ। ਇਹ ਮਨੁੱਖ ਦੀ ਸਮਝ ਤੋਂ, ਇਨਸਾਨ ਦੀ ਸਮਝ ਤੋਂ ਬਾਹਰ ਦੀ ਬਾਤ ਹੈ। ਔਰ ਮਹਾਰਾਜ ਨਾਲ ਇੱਕ ਬਚਨ ਕਹਿੰਦੇ, ਭਾਵੇਂ ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਕਹਿੰਦੇ ਆਪਣੇ ਆਪ ਨੂੰ ਭਾਵੇਂ ਮਨੁੱਖ ਇੱਕ ਤੋਂ ਦੂਜੇ ਨਾਲੋਂ ਵੱਧ ਕੇ, ਹਰੇਕ ਬੰਦਾ ਜਿਹੜਾ ਹੈ ਆਪਣੇ ਵੱਲੋਂ ਇਹੋ ਜਿਹਾ ਦਾਅਵਾ ਕਰਦਾ ਹੈ ਕਿ ਮੈਂ ਉਸ ਅਕਾਲ ਪੁਰਖ ਦੇ ਬਾਬਤ ਕਹਿ ਰਿਹਾ ਹਾਂ ਉਹ ਇਸ ਤਰ੍ਹਾਂ ਦਾ ਹੈ, ਮੈਂ ਕਹਿ ਰਿਹਾ ਹਾਂ ਉਹਨੇ ਧਰਤੀ ਦੀ ਸਾਜਣਾ ਇਸ ਤਰ੍ਹਾਂ ਕੀਤੀ, ਕਿਉਂਕਿ ਜਿਤਨੇ ਵੀ ਸੰਸਾਰ 'ਤੇ ਜੀਵ ਪੈਦਾ ਹੋਏ ਉਹਨਾਂ ਨੇ ਆਪੋ ਆਪਣੀ ਵਿਚਾਰ ਜਿਹੜੀ ਹੈ ਉਹ ਜਗਤ ਦੇ ਵਿੱਚ ਦਿੱਤੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਸਾਹਿਬ ਕਹਿੰਦੇ ਇੱਕ ਦੂ ਇੱਕ ਸਿਆਣਾ, ਇੱਕ ਤੋਂ ਇੱਕ ਵੱਧ ਕੇ ਜਿਹੜਾ ਹੈ ਆਪਣੀ ਸਿਆਣਪ ਆਪਣੀ ਮੱਤ ਅਕਲ ਦੇ ਨਾਲ ਦੱਸਣ ਦਾ ਯਤਨ ਕਰਦਾ ਹੈ ਕਿ ਮੈਨੂੰ ਪਤਾ ਹੈ ਪਰਮੇਸ਼ਰ ਨੇ ਸੰਸਾਰ ਕਿਵੇਂ ਸਾਜਿਆ। ਜਦਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਖੀਰਲੀ ਬਾਤ ਤਾਂ ਇਹ ਹੈ ਕਿ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਕਹਿੰਦੇ ਉਹ ਮਾਲਕ ਜਿਹੜਾ ਆਪ ਵੱਡਾ ਹੈ, ਅਤੇ ਨਾਈ ਦਾ ਅਰਥ ਇੱਥੇ ਹੈ ਵਡਿਆਈ, ਜਿਸ ਦੀ ਵਡਿਆਈ ਵੀ ਬਹੁਤ ਵੱਡੀ ਹੈ। ਜਦੋਂ ਆਪਾਂ ਆਸਾ ਕੀ ਵਾਰ ਦੀ ਅਖੀਰਲੀ ਪੌੜੀ ਪੜ੍ਹਦੇ ਹਾਂ, ਉੱਥੇ ਫਿਰ ਮਹਾਰਾਜ ਨੇ ਇੱਕ ਬਚਨ ਕਿਹਾ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਵਾਹੇ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਹੇ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ, ਸੋ ਕਰੇ ਜਿੱਤ ਸਿਰ ਜਾਏ। ਕਹਿੰਦੇ ਉਸ ਵੱਡੇ ਦੀਆਂ ਵਡਿਆਈਆਂ ਜਿਹੜੀਆਂ ਨੇ ਉਹ ਕਈਆਂ ਨਹੀਂ ਜਾ ਸਕਦੀਆਂ। ਵੱਡਾ ਸਾਹਿਬ ਵੱਡੀ ਨਾਈ, ਉਹਦੀ ਵਡਿਆਈ ਵੀ ਵੱਡੀ ਹੈ, ਕੀਤਾ ਜਾਕਾ ਹੋਵੇ। ਕਹਿੰਦੇ ਫਿਰ ਜਿਹਦਾ ਸਭ ਕੁਝ ਕੀਤਾ ਹੋਇਆ, ਸੰਸਾਰ ਵੀ ਉਹਦਾ ਪੈਦਾ ਕੀਤਾ, ਔਰ ਜਿਹਦਾ ਕੀਤਾ ਹੋਇਆ ਸਭ ਕੁਝ ਹੁੰਦਾ ਹੈ, ਮਨੁੱਖ ਦਾ ਕਾਰਨ ਕਰਨਾ ਨਹੀਂ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਕਹਿੰਦੇ ਜੇ ਕੋਈ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ ਹੈ, ਤਾਂ ਮਹਾਰਾਜ ਕਹਿੰਦੇ ਫਿਰ ਉਹ ਅੱਗੇ ਮਾਲਕ ਦੇ ਘਰ ਦੇ ਵਿੱਚ ਇਸ ਬਾਤ ਦੀ ਸ਼ੋਭਾ ਨਹੀਂ ਪਾਉਂਦਾ ਕਿ ਉਹ ਅਕਾਲ ਪੁਰਖ ਦੇ ਬਾਬਤ ਦਾਅਵੇ ਕਰੇ ਕਿ ਉਹ ਐਸਾ ਹੈ, ਉਹਦੀ ਰਚਨਾ ਐਸੀ ਹੈ। ਹੁਣ ਇੱਕ ਬਚਨ ਜਿਹੜਾ ਜ਼ਰੂਰ ਸਮਝਣਾ ਪਏਗਾ ਕਿ ਜੇ ਅਸੀਂ ਕਿਸੇ ਵਿਸ਼ੇ ਨੂੰ ਪੜ੍ਹਦੇ ਹਾਂ, ਕਿਸੇ ਬਾਬਤ ਅਸੀਂ ਕੁਝ ਜਾਣਕਾਰੀ ਕਰਦੇ ਹਾਂ, ਅਤੇ ਜੇ ਉਹਦਾ ਕੋਈ ਅੰਤ ਹੀ ਨਹੀਂ, ਅਖੀਰ ਹੀ ਨਹੀਂ, ਤਾਂ ਫਿਰ ਬੰਦਾ ਕਹਿ ਜੀ ਇਹਨੂੰ ਪੜ੍ਹਨ ਦਾ ਕੀ ਫਾਇਦਾ ਹੈ। ਮਹਾਰਾਜ ਉਹਦਾ ਵੀ ਹੱਲ ਇੱਕ ਬਖਸ਼ਿਸ਼ ਕਰਕੇ ਦੱਸਦੇ ਆ, ਬੜੀ ਸੁੰਦਰ ਛੋਟੀ ਜਿਹੀ ਗਾਥਾ ਹੈ। ਇੱਕ ਸਮੁੰਦਰ ਦੇ ਕਿਨਾਰੇ ਛੋਟਾ ਜਿਹਾ ਬੱਚਾ ਜਿਹੜਾ ਉਹ ਖੇਡ ਰਿਹਾ ਸੀ, ਉਹਦੇ ਹੱਥ ਵਿੱਚ ਛੋਟੀ ਜਿਹੀ ਕੁੱਜੀ ਹੈ, ਉਹ ਸਮੁੰਦਰ ਦੇ ਵਿੱਚੋਂ ਇਸ ਤਰ੍ਹਾਂ ਭਰਦਾ ਹੈ ਅਤੇ ਫਿਰ ਸਮੁੰਦਰ ਵੱਲ ਤੱਕਦਾ ਹੈ, ਲੇਕਿਨ ਫਿਰ ਉਸ ਨੂੰ ਰੋੜਦਾ ਹੈ, ਫਿਰ ਸਮੁੰਦਰ ਵਿੱਚੋਂ ਭਰਦਾ ਹੈ, ਤੱਕਦਾ ਅਤੇ ਫਿਰ ਰੋੜ ਦਿੰਦਾ ਹੈ। ਕੋਲੋਂ ਕੁਲੰਘੇ ਜਾਂਦੇ ਸੱਜਣ ਬਜ਼ੁਰਗ ਨੇ ਆਖਿਆ ਵੀ ਤੂੰ ਕੀ ਕਰਨ ਦਾ ਯਤਨ ਕਰ ਰਿਹਾ, ਤਾਂ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਰੋ ਕਿਉਂ ਰਿਹਾ? ਉਹ ਕਹਿੰਦਾ ਜੀ ਰੋ ਮੈਂ ਤਾਂ ਰਿਹਾ, ਮੈਂ ਇਸ ਸਮੁੰਦਰ ਨੂੰ ਕੁੱਜੀ ਦੇ ਵਿੱਚ ਭਰਨਾ ਚਾਹੁੰਦਾ ਹਾਂ, ਪਰ ਕਿੰਨੀ ਵਾਰੀ ਹੱਟ ਹੱਟ ਕੇ ਭਰਿਆ ਹੈ, ਮੈਂ ਭਰ ਲੈਂਦਾ ਲੇਕਿਨ ਸਮੁੰਦਰ ਫਿਰ ਉਹਨੇ ਦਾ ਉਹਨਾਂ ਹੁੰਦਾ। ਉਹ ਕਹਿੰਦਾ ਹੈ ਕਿ ਅਸਲ ਵਿੱਚ ਇਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਹਿੰਦੇ ਸਮੁੰਦਰ ਕਦੇ ਵੀ ਤੇਰੀ ਕੁੱਜੀ ਦੇ ਵਿੱਚ ਨਹੀਂ ਆ ਸਕਦਾ।
ਉਹਨੇ ਵਗਾ ਕੇ ਜਿਹੜੀ ਉਹ ਕੁੱਜੀ ਸੀ ਸਮੁੰਦਰ ਦੇ ਵਿੱਚ ਸੁੱਟ ਦਿੱਤੀ ਅਤੇ ਨਾਲ ਇੱਕ ਸ਼ਬਦ ਆਖਿਆ, ਠੀਕ ਹੈ ਸਮੁੰਦਰ ਕੁੱਜੇ ਵਿੱਚ ਨਹੀਂ ਸਮਾ ਸਕਦਾ, ਲੇਕਿਨ ਇਹ ਕੁੱਜਾ ਤਾਂ ਸਮੁੰਦਰ ਵਿੱਚ ਸਮਾ ਸਕਦਾ ਹੈ। ਪਰਮੇਸ਼ੁਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਿਆਂ ਉਸਤਤ ਕਰਦਿਆਂ ਉਹਦਾ ਅੰਤ ਪਾਉਣ ਦੀ ਬਾਤ ਨਹੀਂ, ਉਹਦਾ ਅਖੀਰ ਪਾਉਣ ਦੀ ਬਾਤ ਨਹੀਂ ਹੈ। ਮਹਾਰਾਜ ਕਹਿੰਦੇ ਉਹਦਾ ਅੰਤ ਪਾਉਣ ਦਾ ਯਤਨ ਕਰੇਗਾ, ਨਹੀਂ ਪਾ ਸਕੇਗਾ, ਲੇਕਿਨ ਇੱਕ ਯਤਨ ਕਰ ਕਿ ਤੂੰ ਉਸ ਬੇਅੰਤ ਦਾ ਰੂਪ ਹੋ ਜਾ, ਤੂੰ ਉਹਦੇ ਵਿੱਚ ਆਪਣੇ ਆਪ ਨੂੰ ਅਭੇਦ ਕਰ ਦੇ। ਇਹੋ ਹੀ ਇੱਕ ਰਸਤਾ ਹੈ, ਇਹੋ ਹੀ ਇੱਕ ਤਰੀਕਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ। ਤਾਂ ਕਰਕੇ ਗੁਰਬਾਣੀ ਵਿੱਚ ਵਾਰ ਵਾਰ ਇਹ ਬਚਨਾ ਹੈ, ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਨੀ ਸੰਗ ਪਾਨੀ। ਉਹਦਾ ਹੀ ਰੂਪ ਹੋ ਗਿਆ, ਅਤੇ ਬਾਬਾ ਕਬੀਰ ਕਹਿੰਦੇ ਜਿੱਦਣ ਉਹਦਾ ਰੂਪ ਹੋ ਗਿਆ ਫਿਰ ਇਹ ਨਾ ਪਤਾ ਲੱਗਾ ਕਿ ਪਰਮੇਸ਼ੁਰ ਕੌਣ ਹੈ ਅਤੇ ਮੈਂ ਕੌਣ ਹਾਂ। ਇਸੇ ਕਰਕੇ ਬਚਨ ਉੱਥੇ ਵਰਤਿਆ, ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਤਾਂ ਕਰਕੇ ਅਸੀਂ ਅਗਲੀ ਪੌੜੀ ਵਿੱਚ ਵੀ ਇਹੋ ਵਿਚਾਰ ਦੇਖਣੀ ਹੈ। ਸਤਿਗੁਰਾਂ ਨੇ ਕਿਤੇ ਵੀ ਇਸ ਬਾਤ ਦਾ ਦਾਅਵਾ ਨਹੀਂ ਕੀਤਾ ਕਿ ਅਸੀਂ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ੁਰ ਦੇ ਬਾਬਤ ਜਾਣ ਗਏ ਹਾਂ। ਉਸ ਮਾਲਕ ਦੀ ਵਡਿਆਈ ਸੋਭਾ ਜਿਹੜੀ ਹੈ ਉਹ ਸਾਨੂੰ ਸਮਝ ਆ ਗਈ ਹੈ, ਉਸ ਅਕਾਲ ਪੁਰਖ ਦੇ ਬਾਬਤ ਸਾਨੂੰ ਪਤਾ ਲੱਗ ਗਿਆ। ਸਾਹਿਬ ਵਾਰ ਵਾਰ ਕਹਿੰਦੇ ਆ ਕਿ ਉਸ ਦੀਆਂ ਵਡਿਆਈਆਂ, ਉਹ ਆਪ ਵੱਡਾ ਹੈ ਔਰ ਉਸ ਮਾਲਕ ਦੀ ਵਡਿਆਈ ਹੈ ਵੱਡੀ ਹੈ। ਤਾਂ ਕਰਕੇ ਉਹਦੀਆਂ ਵਡਿਆਈਆਂ ਕੀਤੀਆਂ ਤਾਂ ਜਾ ਸਕਦੀਆਂ ਨੇ, ਉਹਦੀ ਸ਼ੋਭਾ ਕੀਤੀ ਤਾਂ ਜਾ ਸਕਦੀ ਹੈ, ਲੇਕਿਨ ਕਦੇ ਵੀ ਉਹਦਾ ਅਖੀਰ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ। ਅਤੇ ਜੇ ਕੋਈ ਇਹ ਦਾਅਵਾ ਕਰਦਾ ਹੈ, ਮਹਾਰਾਜ ਕਹਿੰਦੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ, ਉਹ ਫਿਰ ਉਸ ਮਾਲਕ ਦੇ ਘਰ ਦਰ ਦੇ ਵਿੱਚ ਜਿਹੜਾ ਇਹੋ ਜਿਹੇ ਦਾਅਵੇ ਕਰਦਾ ਹੈ, ਇਹੋ ਜਿਹੇ ਆਪਣੇ ਵੱਲੋਂ ਕਹਿੰਦਾ ਹੈ ਕਿ ਮੈਂ ਉਸ ਅਕਾਲ ਪੁਰਖ ਦੀਆਂ ਵਡਿਆਈਆਂ ਦਾ, ਸ਼ੋਭਾ ਦਾ, ਉਹਦੀ ਬਣਾਈ ਰਚਨਾ ਦਾ, ਉਹਦੇ ਬਣਾਏ ਪਸਾਰੇ ਦਾ ਅੰਤ ਪਾ ਲਿਆ, ਸਾਹਿਬ ਕਹਿੰਦੇ ਨਹੀਂ, ਉਸ ਮਾਲਕ ਦੇ ਇਸ ਵਿਚਾਰ ਦੇ ਉੱਤੇ, ਇਹੋ ਜਿਹੇ ਪਸਾਰੇ ਦੇ ਉੱਤੇ, ਮਾਲਕ ਦੇ ਬ੍ਰਹਿਮੰਡ ਦੇ ਉੱਤੇ ਪਤਾ ਨਹੀਂ ਸੰਸਾਰ ਦੇ ਹੁਣ ਤੱਕ ਕਿੰਨੇ ਕੁ ਜੀਵ, ਜਿਵੇਂ ਪੂਰੀ ਪੌੜੀ ਵਿੱਚ ਪਿੱਛੇ ਜ਼ਿਕਰ ਆਇਆ ਹੈ ਕਿ ਚਾਹੇ ਉਹ ਜੋਗੀ ਨੇ, ਚਾਹੇ ਉਹ ਪੰਡਿਤ ਨੇ, ਲੇਕਿਨ ਨਾ ਕਿਸੇ ਨੂੰ ਥਿੱਤ ਦਾ ਪਤਾ ਲੱਗਾ, ਨਾ ਕਿਸੇ ਨੂੰ ਵਾਰ ਦਾ ਪਤਾ ਲੱਗਾ। ਇਹ ਮਹੀਨੇ, ਇਹ ਥਿੱਤਾਂ, ਇਹ ਵਾਰਾਂ, ਇਹ ਬਾਅਦ ਦੀਆਂ ਬਾਤਾਂ ਨੇ, ਲੇਕਿਨ ਇਹ ਸੰਸਾਰ ਕਦੋਂ ਬਣਿਆ, ਸਾਹਿਬ ਕਹਿੰਦੇ ਇਹਦੇ ਬਾਬਤ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਮਹਾਰਾਜ ਕਹਿੰਦੇ ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ ਹੈ। ਬੰਦਗੀ ਇਸ ਵਾਸਤੇ ਨਹੀਂ ਹੈ ਕਿ ਕੋਈ ਉਹਦੀ ਇਬਾਦਤ ਕਰਦਾ ਅਤੇ ਉਹਦਾ ਅਖੀਰ ਪਾ ਲੈਂਦਾ ਹੈ, ਨਾ ਪੰਡਿਤ, ਨਾ ਕਾਜੀ, ਨਾ ਜੋਗੀ, ਕੋਈ ਵੀ ਇਹ ਭੇਤ ਨਹੀਂ ਪਾ ਸਕਦਾ। ਪਰਮਾਤਮਾ ਇਤਨਾ ਬੇਅੰਤ ਵੱਡਾ ਹੈ, ਉਸਦੀ ਵਡਿਆਈ ਵੀ ਬੇਅੰਤ ਹੈ ਅਤੇ ਉਸਦੀ ਰਚਨਾ ਵੀ ਬੇਅੰਤ ਹੈ। ਤਾਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੀ ਇੱਕ ਬਚਨ ਪੜ੍ਹਦੇ ਹਾਂ। ਸਾਹਿਬ ਕਹਿੰਦੇ ਸੁਣ ਸੁਣ ਕੇ ਤਾਂ ਸਾਰੇ ਕਹਿੰਦੇ ਨੇ ਕਿ ਉਹ ਮਾਲਕ ਵੱਡਾ ਹੈ, ਲੇਕਿਨ ਉਹ ਕਿਤਨਾ ਵੱਡਾ ਹੈ ਉਹਦੀ ਕੋਈ ਮਿਣਤੀ, ਉਸਦੀ ਕੋਈ ਗਿਣਤੀ, ਐਸਾ ਕੁਝ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਆਪਾਂ ਬਚਨ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਹਿੰਦੇ ਉਹ ਮਾਲਕ ਤਾਂ ਫਿਰ ਜਦੋਂ ਦੇਖੇਗਾ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਕਹਿੰਦੇ ਕੀਮਤ ਨਹੀਂ, ਕਿਉਂਕਿ ਤਿੰਨ ਚੀਜ਼ਾਂ ਨੇ, ਜਾਂ ਤਾਂ ਮਿਣਤੀ ਹੈ, ਜਾਂ ਗਿਣਤੀ ਹੈ, ਅਤੇ ਜਾਂ ਫਿਰ ਉਹਦੇ ਤੋਂ ਬਾਅਦ ਤੋਲਣਾ ਹੈ। ਅਤੇ ਮਹਾਰਾਜ ਨੇ ਗੁਰਬਾਣੀ ਵਿੱਚ ਬਚਨ ਵਰਤਿਆ ਅਗਣਤ, ਜਿਸ ਦਾ ਮਤਲਬ ਹੈ ਕਿ ਗਿਣਿਆ ਨਹੀਂ ਜਾ ਸਕਦਾ। ਉਹਦੇ ਨਾਲ ਨਾਲ ਸਾਹਿਬ ਨੇ ਸ਼ਬਦ ਵਰਤਿਆ ਕਿ ਉਹ ਮਾਲਕ ਅਮਿਤੋਜ ਹੈ, ਜਿਸ ਦਾ ਬਲ ਜਿਹੜਾ ਜਾਣਿਆ ਨਹੀਂ ਜਾ ਸਕਦਾ, ਔਰ ਉਹਦੇ ਨਾਲ ਨਾਲ ਸ਼ਬਦ ਵਰਤਿਆ ਅਤੁੱਲ, ਜਿਹੜਾ ਤੋਲਿਆ ਨਹੀਂ ਜਾ ਸਕਦਾ। ਤਾਂ ਮਹਾਰਾਜ ਕਹਿੰਦੇ ਉਸ ਮਾਲਕ ਨੂੰ ਨਾ, ਤਾਂ ਕਰਕੇ ਬਚਨ ਵਰਤਿਆ ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ ਅਗੰਮ ਅਗੋਚਰ ਅਤ ਵੱਡਾ, ਅਤੁੱਲ ਨਾ ਤੁਲਿਆ ਜਾਏ। ਕਹਿੰਦੇ ਨਾ ਉਹ ਤੋਲਿਆ ਜਾ ਸਕਦਾ ਹੈ, ਨਾ ਉਸ ਤੱਕ ਪਹੁੰਚ ਹੋ ਸਕਦੀ ਹੈ। ਸਤਿਗੁਰੂ ਰਹਿਮਤ ਕਰੇ, ਅਸੀਂ ਵੀ ਉਸ ਦਾ ਅੰਤ ਪਾਉਣ ਵਾਲੇ ਪਾਸੇ ਨਾ ਤੁਰ ਕੇ ਉਸ ਬੇਅੰਤ ਦੇ ਵਿੱਚ ਅਭੇਦ ਹੋ ਜਾਈਏ, ਉਹਦੀਆਂ ਵਡਿਆਈਆਂ ਕਰੀਏ, ਜਿਹਦੇ ਨਾਲ ਇਹ ਜੀਵਨ ਉਹਦੇ ਦਰ 'ਤੇ ਕਬੂਲ ਪੈ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਅਗਲੀ ਪੌੜੀ ਦੀ ਵਿਚਾਰ ਆਪਣਾ ਅਗਲੇ ਭਾਗ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।